ਇੱਕ ਵਿਅਕਤੀ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਜਦੋਂ ਉਹ ਆਪਣੀ ਸਕੂਟੀ ਤੇ ਜਾ ਰਿਹਾ ਸੀ ਤੇ ਸੜਕ ਤੇ ਖੜੇ ਪਾਣੀ ਦੇ ਵਿੱਚ ਡਿੱਗ ਗਿਆ। ਪਾਣੀ 'ਚ ਆਏ ਕਰੰਟ ਕਾਰਨ ਮੌਤ ਹੋਣ ਦਾ ਹੁਣ ਸ਼ੱਕ ਜ਼ਾਹਰ ਕੀਤਾ ਜਾ ਰਿਹਾ। ਫਿਲਹਾਲ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਰੋਪੜ 'ਚ ਵਾਪਰੀ ਜਦੋਂ ਸ਼ੱਕੀ ਹਾਲਾਤਾਂ ਦੇ ਵਿੱਚ ਇਸ ਵਿਅਕਤੀ ਦੀ ਮੌਤ ਹੋ ਗਈ। ਇਹ ਵਿਅਕਤੀ ਐਕਟਿਵਾ ਤੇ ਸਵਾਰ ਹੋ ਕੇ ਜਾ ਰਿਹਾ ਸੀ ਤੇ ਸੜਕ ਦੀ ਬਦਤਰ ਹਾਲਤ ਹੋਣ ਕਾਰਨ ਉਸ ਜਗ੍ਹਾ ਤੇ ਟੋਏ ਪਏ ਹੋਏ ਸਨ ਅਤੇ ਸੜਕ ਤੇ ਬਹੁਤ ਜ਼ਿਆਦਾ ਪਾਣੀ ਵੀ ਖੜਾ ਸੀ ਅਤੇ ਜਦੋਂ ਵਿਅਕਤੀ ਆਪਣੀ ਐਕਟਿਵਾ ਨੂੰ ਕੱਢ ਰਿਹਾ ਸੀ ਤਾਂ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਫੋਨ ਰਾਹੀਂ ਸੂਚਨਾ ਪ੍ਰਾਪਤ ਹੋਈ ਸੀ ਕਿ ਇੱਕ ਵਿਅਕਤੀ ਐਕਟਿਵਾ ਸਮੇਤ ਪਾਣੀ ਦੇ ਵਿੱਚ ਡਿੱਗਿਆ ਹੋਇਆ ਅਤੇ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਉਹਨਾਂ ਨੇ ਕਿਹਾ ਕਿ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸ ਵਿਅਕਤੀ ਦੀ ਮੌਤ ਪਾਣੀ ਦੇ ਵਿੱਚ ਕਰੰਟ ਆਉਣ ਕਾਰਨ ਵੀ ਹੋ ਸਕਦੀ ਹੈ। ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਕੀਤਾ ਜਾ ਰਿਹਾ ਅਤੇ ਡੈਡ ਬੋਡੀ ਨੂੰ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਗਿਆ ਅਤੇ ਪਰਿਵਾਰਕ ਮੈਂਬਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਜੇਕਰ ਗੱਲ ਕੀਤੀ ਜਾਵੇ ਮ੍ਰਿਤਕ ਵਿਅਕਤੀ ਦੀ ਤਾਂ ਉਸਦਾ ਨਾਮ ਰਜਿੰਦਰ ਸਿੰਘ ਹੈ ਜੋ ਰੋਪੜ ਦਾ ਹੀ ਨਿਵਾਸੀ ਸੀ ਅਤੇ ਪਿੰਡ ਸ਼ਾਮਪੁਰ ਦੀ ਸੜਕ ਤੇ ਪਾਣੀ ਖੜੇ ਹੋਣ ਕਾਰਨ ਕਰੰਟ ਲੱਗਣ ਦੇ ਕਾਰਨ ਮੌਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਤੇ ਉਹ ਜਿਹੜੀ ਉਹਦੀ ਮੌਤ ਹੋਈ ਉਹ ਕਰੰਟ ਨਾਲ ਹੋਈ ਹੈ। ਜਿਹੜਾ ਸ਼ਰਿਆਮ ਪਤਾ ਲੱਗ ਰਿਹਾ ਉਹਨੂੰ ਕਰੰਟ ਲੱਗਿਆ। ਅੱਛਾ, ਜਾਣ ਪਹਿਚਾਣ ਇੱਥੇ ਦੇ ਰਹਿਣ ਵਾਲੇ? ਪਹਿਚਾਣ ਤਾਂ ਹੋਈ ਹੈ ਕਿ ਮੇਰੇ ਗੁਆਂਢੀ ਹੋਈ ਹੈਗੇ ਆ ਤਾਂ ਮੈਨੂੰ। ਨਾਮ ਕੀ ਹੈਗਾ? ਨਾਮ ਇਹਨਾਂ ਦਾ ਵੈਸੇ ਤਾਂ ਆਪਾਂ ਫੌਜੀ ਕਹਿੰਦੇ ਆ, ਇਹਨਾਂ ਦਾ ਮੈਨੂੰ ਪੱਕਾ ਨਾਮ ਨਹੀਂ ਪਤਾ ਕਿਹਾ ਹੈ। ਕਿੱਥੇ ਦੇ ਰਹਿਣ ਵਾਲੇ ਆ? ਇਹ ਰਹਿਣ ਵਾਲੇ ਹੈਗੇ ਆਪਣਾ ਚੋਈ ਮੁਹੱਲੇ ਦੇ ਜੀ। ਤੇ ਅਣਗਹਿਲੀ ਕਿਸ ਦੀ ਮੰਨਦੇ ਹੋ, ਪ੍ਰਸ਼ਾਸਨ ਦੀ ਕਿ ਮਹਿਕਮੇ ਦੀ? ਮਹਿਕਮੇ ਤਾਂ ਹੈਗੀ, ਦੇਖਿਆ ਜਾਵੇ ਜੇ ਤਾਂ ਜਿਹੜੀ ਬਿਜਲੀ ਦਾ ਕਰੰਟ ਲੱਗਿਆ, ਜਿਹਦਾ ਸਰਿਆਮ ਪਤਾ ਲੱਗ ਰਿਹਾ ਜਿਹਨੂੰ ਕਰੰਟ ਇਹ ਲੱਗਿਆ ਹੈਗਾ, ਪਾਣੀ ਪੁੱਤੇ ਦਾ ਬਹੁਤ ਖੜਾ ਸੀਗਾ, ਜਿਹੜੀ ਹੈਗੀ ਉਹਦੀ ਪ੍ਰਸ਼ਾਸਨ ਦੀ ਸਾਰਾ ਪੁੱਛ ਲਈ ਹੋਵੇ। ਅੱਛਾ, ਪਰਿਵਾਰਿਕ ਮੈਂਬਰਾਂ ਨੂੰ? ਪਰਿਵਾਰਿਕ ਮੈਂਬਰ ਇਹਦੀ ਜਿਹੜੀ ਦੋ ਬੇਟੀਆਂ ਵਿਆਹੀਆਂ ਵੀ ਹੈ ਜੀ, ਇੱਥੇ ਤਾਂ ਮੁੰਡਾ ਬਾਹਰ ਰਹਿੰਦਾ, ਜਿਹੜੀ ਇਹਦੀ ਮਿਸਿਜ ਆ ਲੁਧਿਆਣੇ ਗਈ ਵੀ ਹੈ ਅਤੇ ਉਹਨਾਂ ਨੂੰ ਫੋਨ ਕਰ ਦਿੱਤਾ, ਉਹ ਆਉਣੇ ਵਾਲੀ ਹੈ 15 ਜੂਨ। ਅੱਛਾ, ਕੋਈ ਪੁਲਿਸ ਵਿਭਾਗ ਦੇ ਬੰਦੇ ਕੋਈ ਆਏ ਨੇ? ਹਾਂ, ਪੁਲਿਸ ਵਾਲੇ ਆਏ ਸੀ ਜੀ, ਸਵੇਰੇ ਉੱਥੇ ਖੜ੍ਹੇ ਸੀਗੇ ਪੁਲਿਸ ਵਾਲੇ, ਪੁਲਿਸ ਵਾਲੇ ਨੇ ਆ ਕੇ ਡੈੱਡ ਬੋਡੀ ਉਰੇ ਪਹੁੰਚਾਈ ਹੈ। ਅੱਛਾ, ਹਾਲਾਤ ਕੀ ਨੇ ਬੋਡੀ ਦੇ? ਜੇ ਦੇਖ ਹਾਲਾਤ ਦੇਖਿਆ ਜਾਵੇ ਤਾਂ ਕਰੰਟ ਨਾਲ ਉਹਨਾਂ ਦੀ ਮੁੱਠੀਆਂ ਜਿਹੜੀਆਂ ਮਿੱਚੀਆਂ ਵੀ ਆ, ਬਸ ਆਹੀ ਹਾਲਾਤ ਆ, ਬਸ ਕਰੰਟ ਲੱਗਿਆ। ਇੱਕ ਟੈਲੀਫੋਨਿਕ ਮੈਸੇਜ ਚਾਂਦ ਮੁਹੰਮਦ ਸ਼ਾਮਪੁਰ ਤੋਂ ਮਸੂਲ ਹੋਇਆ ਸੀ ਕਿ ਇੱਕ ਅਨਆਈਡੈਂਟੀਫਾਈਡ ਡੈੱਡ ਬੋਡੀ ਜਿਹੜੀ ਮਿਲੀ ਹੈ ਅਤੇ ਸਾਡੀ ਜਿਹੜੀ ਮੌਕੇ 'ਤੇ ਪਾਰਟੀ ਪਹੁੰਚੀ ਸੀ, ਜਿਹੜੇ ਮੌਕੇ ਤੋਂ ਪਾਇਆ ਗਿਆ ਕਿ ਇਹ ਉੱਥੇ ਮੋਟਰਸਾਈਕਲ ਸਮੇਤ ਜਿਹੜਾ ਬੰਦਾ ਪਾਣੀ 'ਚ ਜਿਹੜਾ ਥੋੜ੍ਹਾ ਪਾਣੀ ਇਕੱਠਾ ਹੋਇਆ ਸੀ ਉਹਦੇ 'ਚ ਗਿਰਿਆ ਪਿਆ ਸੀ। ਸੋ ਇਹਦੇ ਕੋਈ ਕਿਸੇ ਕਿਸਮ ਦੀ ਸਸਪੀਸ਼ੀਅਸ ਕੋਈ ਇੰਜਰੀ ਜਾਂ ਕੋਈ ਇਹੋ ਜਿਹੀ ਗੱਲ ਨਹੀਂ ਸਾਹਮਣੇ ਆਈ। ਮੁੱਢਲੀ ਤਫਤੀਸ਼ ਤੋਂ ਇਹ ਲੱਗਦਾ ਕਿ ਪਾਣੀ 'ਚ ਗਿਰਨ ਕਾਰਨ ਜਾਂ ਹੋ ਸਕਦਾ ਕਿ ਉੱਥੇ ਇਲੈਕਟ੍ਰਿਕ ਵਾਇਰਾਂ ਨੇੜੇ ਸੀ, ਕੋਈ ਕਰੰਟ ਲੱਗਣ ਕਾਰਨ ਇਹਦੀ ਮੌਤ ਹੋਈ ਹੈ। ਸੋ ਇਹਦਾ ਜਿਹੜਾ ਆਈਡੈਂਟੀਫਾਈ ਹੈ ਰਜਿੰਦਰ ਕੁਮਾਰ ਦੇ ਤੌਰ 'ਤੇ ਹੋਇਆ, ਜਿਹੜਾ ਕਿ ਮਾਧੋ ਦਾਸ ਕਲੋਨੀ ਦਾ ਰਹਿਣ ਵਾਲਾ ਸੀ। ਇਹਦੀ ਫੈਮਿਲੀ ਆ ਗਈ, ਅਸੀਂ ਉਹਨਾਂ ਦੀ ਸਟੇਟਮੈਂਟ ਲਿਖ ਕੇ 194 ਜਿਹੜੀ BNSS ਦੇ ਤਹਿਤ ਕਾਰਵਾਈ ਕਰ। ਇੱਕ ਵਿਅਕਤੀ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਜਦੋਂ ਉਹ ਆਪਣੀ ਸਕੂਟੀ ਤੇ ਜਾ ਰਿਹਾ ਸੀ ਤੇ ਸੜਕ ਤੇ ਖੜੇ ਪਾਣੀ ਦੇ ਵਿੱਚ ਡਿੱਗ ਗਿਆ। ਪਾਣੀ 'ਚ ਆਏ ਕਰੰਟ ਕਾਰਨ ਮੌਤ ਹੋਣ ਦਾ ਹੁਣ ਸ਼ੱਕ ਜ਼ਾਹਰ ਕੀਤਾ ਜਾ ਰਿਹਾ। ਫਿਲਹਾਲ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਰੋਪੜ 'ਚ ਵਾਪਰੀ ਜਦੋਂ ਸ਼ੱਕੀ ਹਾਲਾਤਾਂ ਦੇ ਵਿੱਚ ਇਸ ਵਿਅਕਤੀ ਦੀ ਮੌਤ ਹੋ ਗਈ। ਇਹ ਵਿਅਕਤੀ ਐਕਟਿਵਾ ਤੇ ਸਵਾਰ ਹੋ ਕੇ ਜਾ ਰਿਹਾ ਸੀ ਤੇ ਸੜਕ ਦੀ ਬਦਤਰ ਹਾਲਤ ਹੋਣ ਕਾਰਨ ਉਸ ਜਗ੍ਹਾ ਤੇ ਟੋਏ ਪਏ ਹੋਏ ਸਨ ਅਤੇ ਸੜਕ ਤੇ ਬਹੁਤ ਜ਼ਿਆਦਾ ਪਾਣੀ ਵੀ ਖੜਾ ਸੀ ਅਤੇ ਜਦੋਂ ਵਿਅਕਤੀ ਆਪਣੀ ਐਕਟਿਵਾ ਨੂੰ ਕੱਢ ਰਿਹਾ ਸੀ ਤਾਂ
ਉਹ ਇਸ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ। ਪੁਲਿਸ ਦਾ ਕਹਿਣਾ ਕਿ ਉਹਨਾਂ ਨੂੰ ਫੋਨ ਰਾਹੀਂ ਸੂਚਨਾ ਪ੍ਰਾਪਤ ਹੋਈ ਸੀ ਕਿ ਇੱਕ ਵਿਅਕਤੀ ਐਕਟਿਵਾ ਸਮੇਤ ਪਾਣੀ ਦੇ ਵਿੱਚ ਡਿੱਗਿਆ ਹੋਇਆ ਅਤੇ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਉਹਨਾਂ ਨੇ ਕਿਹਾ ਕਿ ਇਹ ਸ਼ੱਕ ਜਤਾਇਆ ਜਾ ਰਿਹਾ ਕਿ ਇਸ ਵਿਅਕਤੀ ਦੀ ਮੌਤ ਪਾਣੀ ਦੇ ਵਿੱਚ ਕਰੰਟ ਆਉਣ ਕਾਰਨ ਵੀ ਹੋ ਸਕਦੀ ਹੈ। ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਕੀਤਾ ਜਾ ਰਿਹਾ ਅਤੇ ਡੈਡ ਬੋਡੀ ਨੂੰ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਗਿਆ ਅਤੇ ਪਰਿਵਾਰਕ ਮੈਂਬਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ। ਜੇਕਰ ਗੱਲ ਕੀਤੀ ਜਾਵੇ ਮ੍ਰਿਤਕ ਵਿਅਕਤੀ ਦੀ ਤਾਂ ਉਸਦਾ ਨਾਮ ਰਜਿੰਦਰ ਸਿੰਘ ਹੈ ਜੋ ਰੋਪੜ ਦਾ ਹੀ ਨਿਵਾਸੀ ਸੀ ਅਤੇ ਪਿੰਡ ਸ਼ਾਮਪੁਰ ਦੀ ਸੜਕ ਤੇ ਪਾਣੀ ਖੜੇ ਹੋਣ ਕਾਰਨ ਕਰੰਟ ਲੱਗਣ ਦੇ ਕਾਰਨ ਮੌਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ। ਦੇਖਿਆ ਤੇ ਮੌਕੇ ਦੇ ਉੱਤੇ ਕੀ ਫੌਜੀ ਸਾਹਿਬ ਉੱਤੇ ਪਾਣੀ ਵਿੱਚ ਘਿਰੇ ਹੋਏ ਸੀਗੇ ਤੇ ਉਹ ਜਿਹੜੀ ਉਹਦੀ ਮੌਤ ਹੋਈ ਉਹ ਕਰੰਟ ਨਾਲ ਹੋਈ ਹੈ। ਜਿਹੜਾ ਸ਼ਰਿਆਮ ਪਤਾ ਲੱਗ ਰਿਹਾ ਕਰੰਟ ਲੱਗਿਆ। ਅੱਛਾ, ਜਾਣ ਪਹਿਚਾਣ ਦੇ ਰਹਿਣ ਵਾਲੇ? ਪਹਿਚਾਣ ਤਾਂ ਹੋਈ ਹੈ ਕਿ ਮੇਰੇ ਗੁਆਂਢੀ ਹੋਈ ਹੈਗੇ ਆ, ਤਾਂ ਮੈਨੂੰ ਨਾਮ ਕੀ ਹੈਗਾ? ਨਾਮ ਇਹਨਾਂ ਦਾ ਵੈਸੇ ਤਾਂ ਆਪਾਂ ਫੌਜੀ ਕਹਿੰਦੇ ਆ, ਇਹਨਾਂ ਦਾ ਮੈਨੂੰ ਪੱਕਾ ਨਾਮ ਨਹੀਂ ਪਤਾ ਕਿਹਾ ਹੈ। ਕਿੱਥੇ ਦੇ ਰਹਿਣ ਵਾਲੇ ਆ? ਇਹ ਰਹਿਣ ਵਾਲੇ ਹੈਗੇ ਆਪਣਾ ਚੋਈ ਮੁਹੱਲੇ ਦੇ ਜੀ। ਤੇ ਅਣਗਹਿਲੀ ਕਿਸ ਦੀ ਮੰਨਦੇ ਹੋ, ਪ੍ਰਸ਼ਾਸਨ ਦੀ ਕਿ ਮਹਿਕਮੇ ਦੀ? ਮਹਿਕਮੇ ਦੀ ਤਾਂ ਹੈਗੀ। ਦੇਖਿਆ ਜਾਵੇ ਜੇ ਤਾਂ ਜਿਹੜੀ ਬਿਜਲੀ ਦਾ ਕਰੰਟ ਲੱਗਿਆ, ਜਿਹੜਾ ਸਰਿਆਮ ਪਤਾ ਲੱਗ ਰਿਹਾ ਜਿਹਨੂੰ ਕਰੰਟ ਇਹ ਲੱਗਿਆ ਹੈਗਾ, ਪਾਣੀ ਉੱਤੇ ਤਾਂ ਬਹੁਤ ਖੜਾ ਸੀਗਾ, ਜਿਹੜੀ ਹੈਗੀ ਉਹਦੀ ਪ੍ਰਸ਼ਾਸਨ ਦੀ ਸਾਰਾ ਪੁੱਛ ਲਈ। ਸਭ ਪਰਿਵਾਰਿਕ ਮੈਂਬਰਾਂ ਨੂੰ, ਪਰਿਵਾਰਿਕ ਮੈਂਬਰ ਇਹਦੀ ਜਿਹੜੀ ਦੋ ਬੇਟੀਆਂ ਵਿਆਹੀਆਂ ਵੀ ਹੈ ਜੀ, ਇੱਥੇ ਤਾਂ ਮੁੰਡਾ ਬਾਹਰ ਰਹਿੰਦਾ, ਜਿਹੜੀ ਇਹਦੀ ਮਿਸਿਜ ਆ ਲੁਧਿਆਣੇ ਗਈ ਵੀ ਹੈ ਅਤੇ ਉਹਨਾਂ ਨੂੰ ਫੋਨ ਕਰ ਦਿੱਤਾ, ਉਹ ਆਉਣੇ ਵਾਲੀ ਹੈ 15 ਜੂਨ। ਅੱਛਾ, ਕੋਈ ਪੁਲਿਸ ਵਿਭਾਗ ਦੇ ਬੰਦੇ ਕੋਈ ਆਏ ਨੇ? ਹਾਂ, ਪੁਲਿਸ ਵਾਲੇ ਆਏ ਸੀ ਜੀ, ਸਵੇਰੇ ਉੱਥੇ ਖੜ੍ਹੇ ਸੀਗੇ ਪੁਲਿਸ ਵਾਲੇ, ਪੁਲਿਸ ਵਾਲੇ ਨੇ ਆ ਕੇ ਡੈੱਡ ਬੋਡੀ ਉਰੇ ਪਹੁੰਚਾਈ ਹੈ। ਅੱਛਾ, ਹਾਲਾਤ ਕੀ ਨੇ ਬੋਡੀ ਦੇ? ਜੇ ਦੇਖ ਹਾਲਾਤ ਦੇਖਿਆ ਜਾਵੇ ਤਾਂ ਕਰੰਟ ਨਾਲ ਉਹਨਾਂ ਦੀ ਮੁੱਠੀਆਂ ਜਿਹੜੀਆਂ ਮਿੱਚੀਆਂ ਵੀ ਆ, ਬਸ ਆਹੀ ਹਾਲਾਤ ਆ, ਬਸ ਕਰੰਟ ਲੱਗਿਆ। ਇੱਕ ਟੈਲੀਫੋਨਿਕ ਮੈਸੇਜ ਚਾਂਦ ਮੁਹੰਮਦ ਸ਼ਾਮਪੁਰ ਤੋਂ ਮਸੂਲ ਹੋਇਆ ਸੀ ਕਿ ਇੱਕ ਅਨਆਈਡੈਂਟੀਫਾਈਡ ਡੈੱਡ ਬੋਡੀ ਜਿਹੜੀ ਮਿਲੀ ਹੈ ਅਤੇ ਸਾਡੀ ਜਿਹੜੀ ਮੌਕੇ 'ਤੇ ਪਾਰਟੀ ਪਹੁੰਚੀ ਸੀ, ਜਿਹੜੇ ਮੌਕੇ ਤੋਂ ਪਾਇਆ ਗਿਆ ਕਿ ਇਹ ਉੱਥੇ ਮੋਟਰਸਾਈਕਲ ਸਮੇਤ ਜਿਹੜਾ ਬੰਦਾ ਪਾਣੀ 'ਚ, ਜਿਹੜਾ ਥੋੜ੍ਹਾ ਪਾਣੀ ਇਕੱਠਾ ਹੋਇਆ ਸੀ ਉਹਦੇ 'ਚ ਗਿਰਿਆ ਪਿਆ ਸੀ। ਸੋ ਇਹਦੇ ਕੋਈ ਕਿਸੇ ਕਿਸਮ ਦੀ ਸਸਪੀਸ਼ੀਅਸ ਕੋਈ ਇੰਜਰੀ ਜਾਂ ਕੋਈ ਇਹੋ ਜਿਹੀ ਗੱਲ ਨਹੀਂ ਸਾਹਮਣੇ ਆਈ। ਮੁੱਢਲੀ ਤਫਤੀਸ਼ ਤੋਂ ਇਹ ਲੱਗਦਾ ਕਿ ਪਾਣੀ 'ਚ ਗਿਰਨ ਕਾਰਨ ਜਾਂ ਹੋ ਸਕਦਾ ਕਿ ਉੱਥੇ ਇਲੈਕਟ੍ਰਿਕ ਵਾਇਰਾਂ ਨੇੜੇ ਸੀ, ਕੋਈ ਕਰੰਟ ਲੱਗਣ ਕਾਰਨ ਇਹਦੀ ਮੌਤ ਹੋਈ ਹੈ। ਸੋ ਇਹਦਾ ਜਿਹੜਾ ਆਈਡੈਂਟੀਫਾਈ ਹੈ ਰਜਿੰਦਰ ਕੁਮਾਰ ਦੇ ਤੌਰ 'ਤੇ ਹੋਇਆ, ਜਿਹੜਾ ਕਿ ਮਾਧੋ ਦਾਸ ਕਲੋਨੀ ਦਾ ਰਹਿਣ ਵਾਲਾ ਸੀ। ਇਹਦੀ ਫੈਮਿਲੀ ਆ ਗਈ, ਅਸੀਂ ਉਹਨਾਂ ਦੀ ਸਟੇਟਮੈਂਟ ਲਿਖ ਕੇ 194 ਜਿਹੜੀ BNSS ਦੇ ਤਹਿਤ ਕਾਰਵਾਈ ਕਰ